ਤੁਸੀਂ ਮਤਲਬ ਸਵਿਫਟ ਵਗੈਰਾ ਅਫੋਰਡ ਨਹੀਂ ਕਰ ਸਕਦੇ, ਤੁਸੀਂ ਆਡੀ ਲੈ ਸਕਦੇ ਹੋ। ਹਾਂਜੀ ਮੇਰੇ ਯਾਰ, ਆਉਂਦੇ ਜਾਣੋ ਕੀ ਹਾਲ ਚਾਲ ਨੇ, ਸਭ ਕੁਛ ਕਮਾਲ ਨੇ। ਤੇ ਗਾਇਸ, ਅਸੀਂ ਆ ਚੁੱਕੇ ਫਿਰ ਨਵਾਂ ਜਿਹਾ ਵਲੌਗ ਲੈ ਕੇ ਵਾਪਸ ਤੁਹਾਡੇ ਕੋਲ। ਅਤੇ ਗਾਇਸ, ਅੱਜ ਦੇ ਇਸ ਵਲੌਗ 'ਚ ਆਪਾਂ ਚੱਲੇ ਹਾਂ APJ ਕਾਲਜ, ਜੋ ਕਿ ਮਤਲਬ ਜਲੰਧਰ ਦਾ ਕਾਫੀ ਕਾਫੀ ਮਸ਼ਹੂਰ ਅਤੇ ਮਤਲਬ ਵਧੀਆ ਕਾਲਜ ਹੈ। ਅਤੇ ਮੇਰਾ ਦੋਸਤ ਜਿਹੜਾ ਤੁਹਾਨੂੰ ਪਤਾ ਹੋਣਾ ਚੇਤਨ, ਉਹ ਉਸੇ ਕਾਲਜ 'ਚ ਪੜ੍ਹਦਾ, ਅਤੇ ਉਹਦੇ ਨਾਲ ਆਪਾਂ ਜਾਂਦੇ ਚੱਲੇ ਉੱਧਰ। ਫਿਰ ਉਹਨੇ ਤੁਹਾਨੂੰ ਪੂਰਾ ਕੈਂਪਸ ਟੂਰ ਦਿਖਾਉਂਦੇ, ਉਹਦੀ ਕੰਟੀਨ ਦਾ ਕੀ ਰਿਵਿਊ ਹੈ, ਓਨੈਸਟ ਰਿਵਿਊ ਮਿਲ ਜਾਣੇ ਤੁਹਾਨੂੰ, ਕੰਟੀਨ ਦਾ ਕੀ ਰਿਵਿਊ, ਕੈਂਪਸ ਟੂਰ ਕੀ, ਉਹਦਾ ਫੀਸ ਸਟਰਕਚਰ ਵਗੈਰਾ ਕੀ ਹੈ, ਵਧੀਆ ਹੈ ਕਾਲਜ ਕਿ ਨਹੀਂ ਹੈ। ਇੱਕ ਸਮੈਸਟਰ ਤੋਂ ਉੱਪਰ ਹੋ ਗਿਆ ਉਹਨੂੰ ਪੜ੍ਹਦੇ ਨੂੰ, ਅਤੇ ਉਹ ਸਾਨੂੰ ਓਨੈਸਟ ਰਿਵਿਊ ਦੱਸ ਦੇਗਾ ਕਿ ਮਤਲਬ ਫਾਇਦਾ ਹੈ ਉੱਧਰ ਜਾਣ ਦਾ ਕਿ ਨਹੀਂ। ਅਤੇ ਇਸੇ ਨਾਲ ਲੈਟਸ ਬਿਗਿਨ। ਹਾਂਜੀ, ਨਵਾਂ ਫੋਨ ਇਸ ਬੰਦੇ ਦਾ ਹਲੇ ਕਹੀ ਦੇਖੋ, ਸ਼ਾਇਦ ਅਗਲੇ ਵਲੌਗ ਤੋਂ ਪਿਛਲੇ ਵਾਰ ਜਿਹੜੇ ਤੁਸੀਂ ਦੇਖੇ ਹੋਣੇ ਜਾਂ ਦੇਖਣ ਵਾਲੇ ਹੋ, ਉਹਦੇ ਸਾਡਾ ਟ੍ਰਿਪ 'ਚ ਏਡਾ ਖਰਚਾ ਹੋ ਗਿਆ। ਟ੍ਰਿਪ ਤੋਂ ਬਾਅਦ iPhone 12 ਸਭ ਤੋਂ ਪਹਿਲੀ ਗੱਲ ਤੁਹਾਨੂੰ ਆਪਾਂ ਦੱਸੀ, APJ ਕਾਲਜ ਜਾਣ ਲਈ ਸਭ ਤੋਂ ਪਹਿਲਾਂ ਜਿਹੜੀ ਤੁਹਾਨੂੰ ਮੈਂਡੇਟਰੀ ਚੀਜ਼ ਹੈ ਉਹ ਹੈ ਇਹ ਕਾਰ। ਅਕੋਰਡਿੰਗ ਟੂ ਦਿਸ ਬੰਦਾ, ਇਹ ਬੰਦਾ ਕਹਿੰਦਾ ਕਿ ਐਕਟੀਵਾ ਜਾ ਕੇ ਸਟੈਂਡਰਡ ਡਾਊਨ ਹੁੰਦਾ, ਕਾਰ 'ਚ ਜਾਣਾ। ਮੇਰੇ ਜਿਹੜੇ ਜਿਹੜੇ APJ ਜਾਣਗੇ ਨਾ, ਉਹਨਾਂ ਨੂੰ ਆਪਣੇ ਆਪ ਪਤਾ ਹੋਊਗਾ, ਜਿਹੜੇ ਜਲੰਧਰ ਰਹਿੰਦੇ ਉਹਨਾਂ ਨੂੰ ਤਾਂ ਪਤਾ ਹੀ ਹੈਗਾ ਵਾ ਕਿ APJ ਮੈਂਡੇਟਰੀ ਹੈਗੀ। ਉਹ ਗੱਲ ਅਲੱਗ, ਉੱਥੇ ਪਾਰਕਿੰਗ ਦੀ ਜਗ੍ਹਾ ਨਹੀਂ ਹੈਗੀ ਤੁਹਾਡੇ ਗੱਡੀ ਦੀ, ਜਿੱਦੋਂ ਲੈ ਜਾਂਦੇ ਹੈਗੇ ਫਿਰ ਪੁਲਿਸ ਨੂੰ ਚੱਕ ਕੇ ਲੈ ਕੇ ਜਾਂਦੇ ਆ ਪਾਰਕਿੰਗ ਦੇ ਸਟੇਸ਼ਨ ਦੇ ਬਾਹਰ। ਨਹੀਂ, ਅੰਦਰ ਪਾਰਕਿੰਗ ਹੈ ਨਹੀਂ, ਉੱਥੇ ਪਾਰਕਿੰਗ ਪ੍ਰੋਬਲਮ ਹੈਗੀ ਆ, ਉੱਥੇ ਪਾਰਕਿੰਗ ਪ੍ਰੋਬਲਮ ਹੈ। ਹੋਰ ਕੁਝ ਜਿਹੜੀ ਚੀਜ਼ਾਂ APJ ਜਾਣ ਲਈ ਮੈਂਡੇਟਰੀ ਹੈ, ਇੱਕ ਅਵਾਲੀ ਸ਼ਾਇਦ ਮੈਂਡੇਟਰੀ ਹੈ, ਇੱਕ ਸ਼ਾਇਦ ਇਹ ਐਪਲ ਮੈਂਡੇਟਰੀ ਹੈ, ਅਤੇ ਇੱਕ ਗੱਡੀ ਮੈਂਡੇਟਰੀ ਹੈ। ਹੋਰ ਕੀ ਮੈਂਡੇਟਰੀ ਚੀਜ਼ਾਂ? ਭਰਿਆ ਹੋਇਆ ਪਰਸ ਚਾਹੀਦਾ, ਔਕਾਤ ਤੋਂ ਬਾਹਰ ਨੀ ਜਾਣਾ। ਗਈ ਤਾਂ ਖੇਡਣ ਖੁੱਡਣ ਦਾ ਸਾਰਾ ਜੁਗਾੜ ਆ, ਜਾਂ ਖੜੀਆਂ ਬੱਸਿਸ, ਕਾਰਾਂ, ਅਤੇ ਇੱਧਰ ਟ੍ਰੇਨਾਂ ਟਰੂਨਾਂ ਲੱਗੀਆਂ ਛੋਟੇ ਬੱਚਿਆਂ ਲਈ, ਫੁੱਟਬਾਲ ਦੇ ਗਰਾਊਂਡ ਆ, ਪਿੱਛੇ ਕ੍ਰਿਕਟ ਦਾ ਨੈੱਟ ਹੈ, ਬੱਚੇ ਬੈਠੇ ਹੋਏ ਇੱਧਰ ਕਿਉਂਕਿ ਕਾਲਜ ਸ਼ੁਰੂ ਹੋ ਚੁੱਕੇ ਸੈਕਿੰਡ ਸਮੈਸਟਰ ਦੇ, ਸੈਕਿੰਡ ਈਅਰ ਵਾਲੇ ਬੱਚੇ, ਥਰਡ ਈਅਰ ਦੇ ਬੱਚਿਆਂ ਦੇ ਨਾਲ ਲਿਖੇ APJ। ਇੱਧਰ ਡਿਜ਼ਾਇਨਿੰਗ ਦਾ ਸਾਰਾ ਸਿਸਟਮ ਬਣਿਆ ਹੋਇਆ, ਡਿਜ਼ਾਇਨਿੰਗ ਵਾਲਾ ਬਣਿਆ ਹੋਇਆ, ਇੱਧਰ ਕਲਾਸਿਸ ਵਗੈਰਾ ਪਿੱਛੇ, ਡਿਪਾਰਟਮੈਂਟ ਆਫ ਡਿਜ਼ਾਇਨਿੰਗ ਵਗੈਰਾ, ਅਤੇ ਆਹ ਪੂਰਾ ਗਾਰਡਨ ਵਗੈਰਾ ਬਣਿਆ ਹੋਇਆ, ਇੱਧਰ ਉੱਪਰ ਜਾ ਕੇ ਸਾਰੀ ਕਲਾਸਿਸ, ਇੱਧਰ ਡੈਕੋਰੇਸ਼ਨਾਂ ਸੋਹਣੀਆਂ ਸੋਹਣੀਆਂ ਹੋਈਆਂ ਹੋਈਆਂ। ਇੱਥੇ ਬਣਿਆ APJ ਦਾ ਲੋਕੋ, ਉੱਧਰ ਗਿਟਾਰ ਲੈ ਕੇ ਬੱਚੇ ਬੈਠੇ ਆ, ਵੀਡੀਓਜ਼ ਵਗੈਰਾ ਬਣਾ ਰਹੇ, ਉੱਧਰ ਸਾਈਡ 'ਤੇ ਬੈਠੇ ਗਿਟਾਰ ਦੀ ਪ੍ਰੈਕਟਿਸ ਕਰ ਰਹੇ ਆ। ਅਤੇ ਹੁਣ ਆਪਾਂ ਚੱਲੇ ਉੱਪਰ, ਚਿੱਤਰ ਹੋਰ ਕਿੱਥੇ ਘੁੰਮਾਉਂਦਾ ਹੁਣ ਆਪਣੇ ਕਾਲਜ? ਬਸ ਕਲਾਸਰੂਮਸ ਲੱਗੀ, ਪਾਣੀ ਪੀਣ ਵਾਲੀਆਂ, ਇੱਧਰ ਕਲਾਸਿਸ ਵਗੈਰਾ ਸਾਰੀਆਂ। ਹੁਣ ਆਪਾਂ ਇੱਧਰ ਚੱਲੀਏ ਹੋਰ ਉੱਪਰ, ਇੱਧਰ ਰਸਤਾ ਸੋਹਣਾ ਬਣਿਆ ਹੋਇਆ, ਅਤੇ ਫੋਟੋ ਇੱਧਰ ਹੀ ਵਧੀਆ ਹੋ ਗਈ। ਬਾਸਕਿਟਬਾਲ ਕੋਰਟ ਸਾਰਾ ਬਣਿਆ ਹੋਇਆ ਇਸ ਸਾਈਡ 'ਤੇ, ਅਤੇ ਸਿੰਗਰ ਸਾਰਾ ਮਿਊਜ਼ਿਕ ਵਾਲਾ ਡਿਪਾਰਟਮੈਂਟ ਲੱਗ ਰਿਹਾ ਮੈਨੂੰ, ਅਤੇ ਹੋਰ ਅੱਗੇ ਜਾਂਦੇ ਹਾਂ ਹਲੇ। ਫੋਟੋ ਸੋਹਣੀਆਂ ਹੋ ਗਈਆਂ, ਕੀ ਕਹਿ ਰਿਹਾ ਤੂੰ? ਮੈਂ ਕਿਹਾ ਸੈਟਰਡੇ ਹੈਗਾ, ਇਸ ਲਈ ਬੱਚੇ ਬਹੁਤ ਜ਼ਿਆਦਾ ਘੱਟ ਆਉਂਦੇ ਨੇ ਕਾਲਜ। ਅਤੇ ਆ ਗਏ ਇੱਧਰ ਕਲਾਸਰੂਮ ਆ, ਇੱਧਰ ਆ ਦੇਖ ਲਓ, ਅਤੇ ਹੁਣ ਇੱਧਰ ਲਾਲੀ ਲਾਲੀ ਛਾਈ ਹੋਈ ਹਰ ਪਾਸੇ, ਲੈਬ ਆ ਕੋਈ, ਇਹ ਆਰਟ ਗੈਲਰੀ ਨਹੀਂ ਲੱਗ ਰਹੀ ਕਈ ਦਿਨਾਂ ਦੀ, ਇੱਧਰ ਅੰਦਰ ਆਰਟ ਗੈਲਰੀ ਸਾਰੀ, ਆ ਦੇਖ ਲਓ। ਜਗ੍ਹਾ ਬਣੀ ਹੈ, ਸੋਲਰ 'ਤੇ ਚੱਲਦਾ ਸਾਰਾ ਕਾਲਜ, ਵੀਡੀਓ ਕਾਨਫਰੰਸ ਹੋਲ ਕਰੀ, ਅਤੇ ਇੱਧਰ ਮੈਡੀਟੇਸ਼ਨ ਰੂਮ ਵਗੈਰਾ ਬਣਿਆ ਹੋਇਆ, ਮੈਡੀਟੇਸ਼ਨ ਰੂਮ, ਇੱਧਰ ਰਿਸਰਚ ਲਾਇਬ੍ਰੇਰੀ,
ਰਿਸਰਚ ਲੈਬ ਹੈ ਇੱਧਰ ਕਾਫੀ ਵਧੀਆ ਬਣੇ ਹੋਏ ਆ ਇਹਦੀ ਕਾਲਜ ਇਹਦਾ ਸਾਰਾ ਫੁੱਟਬਾਲ ਦਾ ਹੋ ਗਿਆ ਬੈਡਮਿੰਟਨ ਕੋਰਟ ਹੋ ਗਿਆ ਸਾਰਾ ਇੱਧਰ ਅਤੇ ਬਾਹਰ ਮੇਨ ਹਾਈਵੇ ਜਿਹੜਾ ਇੱਧਰ ਐਕਟੀਵਸ ਵਗੈਰਾ ਖੜ੍ਹੇ ਆ ਕਾਰ ਤੁਹਾਨੂੰ ਕਿਤੇ ਹੋਰ ਖੜੀ ਕਰਕੇ ਆਉਣੀ ਪੈਣੀ ਹੈ ਕੋਈ ਜਗ੍ਹਾ ਹੈ ਨਹੀਂ ਅਤੇ ਆਹ ਬੰਦੇ ਨੇ ਇਹਦੇ ਵਿੱਚ ਆਪਣੇ ਐਪਲ ਕੱਢ ਲਿਆ ਲੋਕ ਦੇਖ ਕੇ ਖੁਸ਼ ਹੋਏ ਇੱਧਰ ਲੈਕਚਰ ਰੂਮ ਹੈ ਇਹ ਵੀ ਲੈਕਚਰ ਰੂਮ ਹੈ ਜਾਂਦਾ ਇੱਥੇ ਲਾਊਡ ਨਹੀਂ ਆਉਂਦਾ ਕਿੰਨੀ ਛੋਟਾ ਸਾਹਮਣੇ ਆ ਰਿਹਾ ਹੈ ਕੋਈ ਬੰਦਾ ਕਿੰਨਾ ਛੋਟਾ ਆ ਰਿਹਾ ਰੇਡੀਓ ਵੀ ਇੱਧਰ ਡਿਜ਼ਾਇਨ ਬਣੇ ਹੋਏ ਆ ਤੁਸੀਂ ਗਾਈਜ਼ ਅੰਦਰ ਦੀ ਲਾਇਬ੍ਰੇਰੀ ਦੇਖ ਲਓ ਅਤੇ ਹੁਣ ਹੋਰ ਕੀ ਹੁੰਦਾ ਕੂਲਰ ਲੱਗੇ ਇੱਥੇ ਹਰ ਜਗ੍ਹਾ 'ਤੇ ਕੋਲੇਜ ਜਿਹੜਾ ਵਾ ਮੇਨਲੀ ਜਿੱਦਾਂ ਫਾਈਨ ਆਰਟਸ ਦਾ ਕੋਲੇਜ ਹੈ ਅਤੇ ਇੱਥੇ ਸਾਨੂੰ ਸਾਰੇ ਸਬਜੈਕਟਸ ਮਿਲੂਗੇ ਜਿੱਦਾਂ ਹੋਮ ਸਾਇੰਸ ਅਤੇ ਫੋਟੋਗ੍ਰਾਫੀ ਡਿਜ਼ਾਇਨਿੰਗ ਮੇਕਅਪ ਫਾਈਨ ਆਰਟਸ ਵਾਲੇ ਜਿਹੜੇ ਸਬਜੈਕਟ ਹੁੰਦੇ ਆ ਉਹ ਸਬਜੈਕਟਸ ਮਿਲੂਗੇ ਫਸਟ ਈਅਰ ਸੈਕਿੰਡ ਈਅਰ ਵਾਲੇ ਬੱਚੇ ਉਹ ਜਾ ਰਹੇ ਅਤੇ ਇੱਥੇ ਲੈਕਚਰ ਰੂਮ ਅਲੱਗ ਹੈ ਕਲਾਸ ਰੂਮ ਅਲੱਗ ਹੈ ਨਾ ਆਪਾਂ ਬੈਠੇ ਕੰਟੀਨ 'ਚ ਪਰ ਕੰਟੀਨ ਬੰਦ ਹੈ ਆਹ ਦੇਖ ਲਓ ਆਹ ਰੇਟਸ ਵਗੈਰਾ ਕੰਟੀਨ ਦੇ ਸਕਰੀਨਸ਼ੋਟ ਲੈ ਲਓ ਰੇਟਸ ਵਗੈਰਾ ਆਹ ਦੇਖ ਲਓ ਠੀਕ ਲੱਗ ਰਿਹਾ ਕੁਛ ਖਾਸ ਨਹੀਂ ਕੁਛ ਜ਼ਿਆਦਾ ਨਹੀਂ ਕੁਛ ਘੱਟ ਨਹੀਂ ਸਵਾਦ ਪਤਾ ਨਹੀਂ ਹੈ ਕਿ ਨਹੀਂ ਅਤੇ ਕਿਉਂਕਿ ਕੰਟੀਨ ਬੰਦ ਪਈ ਹੈ ਗਾਈਜ਼ ਦਾ ਐਨ ਬਲੋਕ ਆ ਕੋਈ ਅਤੇ ਅਗਰ ਲੋਕ ਇੱਥੇ ਕੰਟੀਨ 'ਚ ਇਸ ਲਈ ਨਹੀਂ ਬੱਚੇ ਬਹਿੰਦੇ ਹੈਗੇ ਕਿਉਂਕਿ ਸਾਡੇ ਬਿਲਕੁਲ ਸਾਹਮਣੇ ਕਾਲਜ ਮਾਡਲ ਟਾਊਨ ਪੈਂਦਾ ਲੈਫਟ ਸਾਈਡ 'ਤੇ ਐਮ ਬੀ ਡੀ ਹੈਗਾ ਵਾ ਹਾਂ ਇਹੀ ਰੀਜ਼ਨ ਹੈ ਉੱਧਰ ਉੱਧਰ ਵਧੀਆ ਰੈਸਟੋਰੈਂਟ ਹੈ ਅਤੇ ਕੰਟੀਨ ਬੰਕ ਕਰਨਾ ਹੋਵੇ ਕਿਸੇ ਦਾ ਮੋਸਟਲੀ ਕਰਦੇ ਨੇ ਜਿਹੜੇ ਉੱਥੇ ਬੱਚੇ ਕਲਾਸਿਸ ਕੈਟ ਲੈਂਦੇ ਬੰਕ ਵੀ ਹੁੰਦੇ ਨਾ ਅਤੇ ਉਹ ਇੱਥੇ ਜਾਂਦੇ ਮਾਡਲ ਟਾਊਨ ਜਾਂ ਫਿਰ ਐਮ ਬੀ ਡੀ ਸੁਣ ਲਓ ਗਾਈਜ਼ ਬੰਕ ਕਰਨੇ ਤੁਹਾਨੂੰ ਸਿਖਾ ਰਹੇ ਹਾਂ ਆਪਾਂ ਵਲੌਗ 'ਚ ਕੋਈ ਨਹੀਂ ਦੱਸੇਗਾ ਤੁਹਾਨੂੰ ਇਸ ਕਰਕੇ ਇੱਕ ਸਬਸਕ੍ਰਾਈਬ ਮਾਰ ਦਿਓ ਕਰਦੇ ਇਹਨਾਂ ਨੂੰ ਭੇਜ ਦਿਓ ਇੱਧਰ ਫੀ ਕਾਊਂਟਰ ਸਾਰਾ ਫੀਸਾਂ ਪਤਾ ਨਹੀਂ ਇਹਨਾਂ ਦੀ ਕਿੰਨੀ ਹੈ ਜੈਨੂਅਨ ਘੱਟ ਜ਼ਿਆਦਾ ਸਾਨੂੰ ਕੁਛ ਨਹੀਂ ਪਤਾ ਆਹ ਪੌੜੀ ਲੱਗੀ ਹੈ ਹਾਂ ਫੀਸ ਇੱਦਾਂ ਕਿੱਦਾਂ ਫੀਸ ਸਟਰਕਚਰ ਕੀ ਸਸਤਾ ਮਹਿੰਗਾ ਯਾਰ ਠੀਕ ਹੈ ਮਤਲਬ ਬਾਕੀ ਇੱਥੇ ਜਲੰਧਰ ਤੋਂ ਤੁਹਾਡੇ ਬਾਕੀ ਕਾਲਜ ਨਾਲ ਤਾਂ ਮਹਿੰਗਾ ਹੀ ਹੈਗਾ ਬਟ ਇੰਨਾ ਕੁ ਤੁਹਾਨੂੰ ਮਿਲਦਾ ਵੀ ਸਟੈਂਡਰਡ ਵੀ ਉੰਨਾ ਹੀ ਹਾਈ ਹੈਗਾ ਅੱਛਾ ਹਮਕੋ ਸਿਖਾ ਰਿਹਾ ਹੈ ਗਾਈਸ ਜਿੱਦਾਂ ਕਾਨਫਰੰਸ ਰੂਮ ਆ ਅਤੇ ਟੈਨਿਸ ਕੋਰਟ ਆ ਜਾਲੀਆਂ ਦੇ ਅੰਦਰ ਇੱਥੋਂ ਦੀ ਇਹਦੇ ਅੰਦਰ ਜੇ ਰਿਛ ਵਗੈਰਾ ਕੋਈ ਆ ਜਾਂਦਾ ਇਹਦੇ ਵਿੱਚ ਛੁੱਟ ਦਿੰਦੇ ਉਹ ਤਾਂ ਕਿ ਰਿਛ ਬਾਹਰ ਨਾ ਆ ਸਕੇ ਆ ਰਿਹਾ ਟੈਨਿਸ ਰੂਮ ਅਤੇ ਆ ਇੱਥੇ ਇਹਨਾਂ ਦਾ ਕੂੜਾ ਕਚਰਾ ਪਿਆ ਆਹ ਵੀ ਦੇਖ ਲਓ ਤੁਸੀਂ ਕੋਈ ਵਲੌਗਰ ਤੁਹਾਨੂੰ ਇੱਦਾਂ ਨਹੀਂ ਦੱਸੇਗਾ ਗਰਾਊਂਡ ਹੈ ਇੱਥੇ ਸਾਰੀ ਦੁਬਾਰਾ ਦੇਖ ਲਓ ਅੰਦਰ ਤੁਸੀਂ ਇਹਨਾਂ ਦੀ ਕੰਟੀਨ ਦੇਖੀ ਹੋਣੀ ਹੈ ਇਹਨਾਂ ਦੀ ਦੋ ਕੰਟੀਨ ਹੈ ਐਕਚੁਅਲੀ ਇੱਕ ਆ ਜਿਹੜੀ ਅੰਦਰ ਆ ਸਸਤੀ ਵਾਲੀ ਹੈ ਅਤੇ ਸਾਹਮਣੇ ਆ ਥੋੜ੍ਹੀ ਮਹਿੰਗੀ ਵਾਲੀ ਹੈ ਕਿਹੜੀ ਵਾਲੀ ਰਮਾਡਾ ਐਨਕੋਰ ਥੋੜ੍ਹੀ ਨਹੀਂ ਕਾਫੀ ਮਹਿੰਗੀ ਕੰਟੀਨ ਆ ਉਹ ਵਾਲੀ ਹੈ ਨਾ ਉਸ ਕੰਟੀਨ 'ਚ ਤੁਹਾਨੂੰ ਰੂਮਸ ਮਿਲ ਜੂਗੇ ਰੈਸਟੋਰੈਂਟ ਮਿਲ ਜੂਗਾ ਪਾਰਟੀ ਹਾਲ ਮਿਲ ਜਾਏਗਾ ਇੱਧਰ ਹੁਣ ਜੇ ਤੁਸੀਂ ਸੋਚੋਗੇ ਆਪਾਂ ਵਲੌਗ ਕਰਨ ਆਉਂਗੇ ਆਪਾਂ ਆਵਾਂਗੇ ਲੇਟ ਆਵਾਂਗੇ ਥੋੜ੍ਹਾ ਕਿਉਂਕਿ ਬਜਟ ਥੋੜ੍ਹਾ ਜ਼ਿਆਦਾ ਚਾਹੀਦਾ ਐਕਚੁਅਲੀ ਇਸ ਸਾਈਡ 'ਤੇ ਜਾ ਕੇ ਸਕੂਲ ਹੈ ਇਸ ਸਾਈਡ 'ਤੇ ਜਾ ਕੇ ਰਿਸੈਪਸ਼ਨ ਏਰੀਆ ਇਸ ਸਾਈਡ ਜਾ ਕੇ ਸਕੂਲ ਹੈ ਸਾਰਾ ਕੁਛ ਰਿਸੈਪਸ਼ਨ ਏਰੀਆ ਉੱਪਰ ਵੀ ਡਿਜ਼ਾਇਨਿੰਗ ਸੋਹਣੀ ਹੋਈ ਹੋਈ ਹੈ ਡਿਜ਼ਾਇਨਿੰਗ ਮੇਨ ਹੈ ਇੱਥੇ ਕਿਉਂਕਿ ਇੱਥੇ ਫਾਈਨ ਆਰਟਸ ਦਾ ਕਾਲਜ ਹੈਗਾ ਨਾ ਅਤੇ ਆਹੀ ਚੀਜ਼ਾਂ ਮਤਲਬ ਮੋਸਟਲੀ ਤੁਹਾਨੂੰ ਦੇਖਣਗੀਆਂ ਹਾਂ ਇੱਧਰ ਇਸ ਬਾਸਕਿਟਬਾਲ ਦਾ ਲੱਗਾ ਹੋਇਆ ਅਤੇ ਇੱਧਰ ਜਿੱਦਾਂ ਛੋਟੇ ਬੱਚਿਆਂ ਦੇ ਇੱਧਰ ਸਾਰੀ ਛੋਟੇ ਬੱਚਿਆਂ ਦੀ ਵਿੰਗ ਹੈ APGS ਕਾਲਜ ਵੀ ਹੈ ਸਕੂਲ ਵੀ ਹੈ ਅਤੇ ਇੱਧਰ ਬੈਕ ਸਾਈਡ 'ਤੇ ਹੈਗਾ ਬੈਕ ਸਾਈਡ 'ਤੇ ਸਕੂਲ ਹੈ ਅਤੇ ਫਰੰਟ 'ਤੇ ਕਾਲਜ ਅਤੇ ਆਹ ਦੇਖੋ ਗਏ ਝੂਟੇ ਕਿੱਦਾਂ ਲੱਗੇ ਕਿੱਡੇ ਸਹੀ ਹੈ ਛੋਟੇ ਬੱਚਿਆਂ ਲਈ ਆਹ ਬੱਚੇ ਖੇਡ ਵੀ ਰਹੇ ਇੱਥੇ ਤੂੰ ਵੀ ਇੱਥੇ ਖੇਡ ਲਿਆ ਕਰੀ ਠੀਕ ਵਲੌਗ ਲਈ ਕੁਛ ਵੀ ਅਤੇ ਗਈ ਸਾਹਮਣੇ ਆਹ ਜਿਹੜਾ ਤੁਹਾਨੂੰ ਆਹ ਚੀਜ਼ ਇਹ ਐਮ ਬੀ ਡੀ ਮੋਲ ਹੈ ਹਾਂ ਹੁਣ ਆਪਾਂ ਆ ਚੁੱਕੇ ਗਏ ਵਾਪਸ ਆਪਣੀ ਕਾਰ 'ਚ ਅਤੇ ਹੁਣ ਦੱਸ ਕਿ ਮਤਲਬ ਕਾਲਜ ਤੁਸੀਂ ਸਟਰਕਚਰ ਵਾਈਜ਼ ਤਾਂ ਦੇਖ ਲਿਓ ਹੈ ਨਾ ਕੰਟੀਨ ਵਾਈਜ਼ ਆਪਾਂ ਤੁਹਾਨੂੰ ਦੱਸ ਨਹੀਂ ਪਾਏ ਕਿਉਂਕਿ ਇਹਦੀ ਕੰਟੀਨ ਹਾਲੇ ਬੰਦ ਸੀਗੀ ਅਤੇ ਮਤਲਬ ਬੈਠਣ ਬੁਠਣ ਜਗ੍ਹਾ ਥੋੜ੍ਹੀ ਸਹੀ ਹੈ ਆਸੇ ਪਾਸੇ ਤੁਹਾਨੂੰ ਰਾਈਟ ਸਾਈਡ 'ਤੇ ਐਮ ਬੀ ਡੀ ਮਿਲ ਜਾਏਗਾ ਸਾਹਮਣੇ ਤੁਹਾਨੂੰ ਬਿਲਕੁਲ ਸਾਹਮਣੇ ਜਿੱਦਾਂ ਕੁਛ 200 meters ਦੀ ਦੂਰੀ ਤੁਹਾਨੂੰ ਮਾਡਲ ਟਾਊਨ ਮਿਲ ਜਾਏਗਾ ਅਤੇ ਜਿੱਦਾਂ ਹੁਣ ਬਾਕੀ ਤਾਂ ਤੁਹਾਨੂੰ ਦੱਸਤਾ ਹੁਣ ਦੇਖ ਲਿਆ ਹੋਣਾ ਤੁਸੀਂ ਅਤੇ ਬਾਕੀ ਜਿਹੜਾ ਫੀਸ ਸਟਰਕਚਰ ਅਤੇ ਪੜ੍ਹਾਈ ਬਾਰੇ ਮਤਲਬ ਆਹ ਬੰਦਾ ਦੱਸੇਗਾ ਤੁਹਾਨੂੰ ਜਿਹੜਾ ਇੱਥੇ ਪੜ੍ਹਦਾ ਅਤੇ ਕੀ ਹਿਸਾਬ ਕਿਤਾਬ ਮਤਲਬ ਇੱਧਰ ਯਾਰ ਫੀਸ ਦਾ ਤਾਂ ਇੱਦਾਂ ਹੈਗਾ ਜਿਹੜੇ ਜਲੰਧਰ ਅਤੇ ਬਾਕੀ ਕਾਲਜਸ ਹੈਗੇ ਨੇ ਉਹਦੇ ਨਾਲ ਤਾਂ ਥੋੜ੍ਹੀ ਜਿਹੀ ਹਾਈ ਹੈਗੀ ਹੈ ਬਟ ਠੀਕ ਹੈ ਯਾਰ ਸਟੈਂਡਰਡ ਦੇ ਵਾਈਜ਼ ਤੁਸੀਂ ਸਟੈਂਡਰਡ ਦੇਖੋ ਕਾਲਜ ਦਾ ਤਾਂ ਫਿਰ ਇੰਨਾ ਵੀ ਜਾਇਜ਼ ਲੱਗਦਾ ਹੈਗਾ ਉਹ ਚੀਜ਼ ਬਾਕੀ ਜਿਹੜੇ ਛੋਟੇ ਮਤਲਬ ਛੋਟੇ ਨਹੀਂ ਇੱਦਾਂ ਮੈਂ ਕਹੂੰਗਾ ਕਿਸੇ ਕਾਲਜ ਨੂੰ ਬਾਕੀ ਜਿਹੜੇ ਹੋਰ ਕਾਲਜ ਦੇ ਜਲੰਧਰ ਦੇ ਉਹ ਉੱਧਰ ਵੀ ਜਲਦੀ ਜਾਈਏ ਟਾਈਮ ਦੀ ਥੋੜ੍ਹੀ ਕਮੀ ਹੋ ਰਹੀ ਮੈਨੂੰ ਮੇਰੇ ਆਪਣੇ ਕੰਮ ਮੈਨੂੰ ਆਪਣੇ ਕਾਲਜ ਦੇ ਕਾਫੀ ਕੰਮ ਰਹਿੰਦੇ ਜਿਸ ਕਾਰਨ ਮੈਨੂੰ ਕਮੀ ਮਤਲਬ ਟਾਈਮ ਘੱਟ ਮਿਲ ਰਿਹਾ ਮੈਨੂੰ ਉੱਧਰ ਵੀ ਆਪਾਂ ਜਾਵਾਂਗੇ ਛੇਤੀ ਵਲੌਗ ਕਰਾਂਗੇ ਆਪਾਂ ਅਤੇ ਚੱਲੇ ਹੁਣ ਆਪਾਂ ਵਾਪਸੀ ਲਈ ਕਰ ਲਈ ਆ ਬੰਦੇ ਨੇ ਗੱਡੀ ਸਟਾਰਟ ਤੋ ਡਰਾਈਵਰ ਅਬ ਹਮੇ ਘਰ ਲੈ ਜਾਓ ਕੁਛ ਲਾ ਦੇਣਾ ਫੇਸ ਤੇ ਆਹੀ ਲਾਉਂਗਾ
15 मिनट हो चुके हैं, बंदे तो गड्डी बैक होन पा रहे, कभी बंद हो जाती गड्डी, कभी कुछ। अब बंदा गड्डी तो ले आया पर इन्हें चलाने चलानी आती नहीं, निकल जानी बैक कर ला भाई। पर क्यों चलाते हैं यार इन्हें गाइस, इन्हें कुछ समझ नहीं आता गड्डी से जो चलाता है, बंद हो जाता बंदा की करना है। तो हम चले अगे। हाँ गाइस जिदा देखो ना, हम इधर है मैकडोनल्ड्स, तो जिन्हें जाना मैकडोनल्ड चल जाएगा, मतलब इतने 100 मीटर की वॉकिंग डिस्टेंस से है, बस 2 मिनट का रस्ता इधर मैकडोनल्ड्स का। मैकडोनल्ड्स नाल सामने वो MBD, इधर जाना है जाओ बंक मारो, क्यों करते जाओ बंक नहीं मारो, मतलब पढ़ो भी थोड़ा बहुत, पर कोई बात वो भी जरूरी है, अकॉर्डिंग मेरे ख्याल इस साइड गली गुली जा गई। हाँ गई इधर जिदा ना काफी जगह, इधर कॉलेज है, पार्किंग इधर होंगी है, सामने कॉलेज है, ठीक है। तो कॉलेज नाल जिदा 5-star होटल है, उस साइड राइट साइड जाके मैकडोनल्ड्स है, तो उत्तों अगे जाके MBD है, तो इस साइड से जाके मॉल टाउन है। तो इदा बच्चे खड़े कॉलेज वाले, सैकेंड थर्ड ईयर वाले बच्चे है सारे। इधर गए तो बाइक का शोरूम है कॉलेज के बिल्कुल सामने, कि मतलब कोई कह दे कोई, मतलब जिदा मान लो कोई किसी की नवी नवी सहेली बनी होगा, मुझे तो बाइक लेना है, तो सामने की बाइक भी ले सकता हो। इदा तो मतलब डिटेल्स कौन दूगा, निफ्टी पाई सामने जिम है, जो तुम मतलब सवेरे सवेरे आना है कॉलेज वार्म अप करके आना, तुम जाने हो तो तुम सोने लगो, इधर सामने ही जिम है मतलब कॉलेज के, तो सामने नहीं मतलब अगले चौंक च जिम है, तो F360 काफ़ी वधिया जिम है, भी इधर लव लॉग अपन कभी नहीं करेंगे क्योंकि आप जिम जाने हैं। इसे चौंक से मतलब गुरुद्वारा भी है, गुरु नानक मिशन गुरुद्वारा, मान लो तो पेपर भी, पेपर थानू उम्मीद है कि तुम मतलब की तो बनेगा, तो खुद नहीं पता, इतने मत्था टेक के जाओ, पेपर वधिया होगा तो मिलते डिलीट कर।